ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ, ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ ਵਧੀਆ, ਅਤੇ ਅਸੀਂ ਵੀ ਬਿਲਕੁਲ ਵਧੀਆ ਠੀਕ ਠਾਕ। ਕੀ ਹੋਇਆ? ਤੁਸੀਂ ਠੀਕ ਠਾਕ ਨਹੀਂ ਹੋ? ਕੀ ਗੱਲ ਹੋ ਗਈ ਤੁਹਾਨੂੰ? ਮੈਂ ਬਸ ਕਿਹਾ ਨਾ, ਤੁਸੀਂ ਸਾਰੇ ਜਣੇ ਕਿੱਦਾਂ ਹੋ? ਠੀਕ ਠਾਕ ਹੋ? ਵਧੀਆ ਹੋ? ਅਤੇ ਅਸੀਂ ਵੀ ਵਧੀਆ। ਕਹਿੰਦਾ ਨਹੀਂ, ਅਸੀਂ ਵਧੀਆ ਨਹੀਂ ਹਾਂ, ਠੀਕ ਠਾਕ ਨਹੀਂ ਹਾਂ। ਅਤੇ ਇਹਨੇ ਪੂਰਾ ਡਿਆ ਵਾ ਆਪਣਾ ਗੇਮ ਜੀ ਬਣਾਉਣ ਡਿਆ ਆ, ਕੋਈ ਲੇਗੋ ਜੀ ਆ, ਕੋਈ ਗੱਡੀ ਜੀ ਬਣਾਉਣ ਡਿਆ ਆ। ਕਰਦੇ ਕਰਦੇ ਆ, ਅਤੇ ਕਹਿੰਦਾ ਮੇਰਾ ਟਾਈਮ ਹੋਏ ਨਾ, ਮੇਰੀ ਅਯੂ ਤੋਂ ਕਰ ਦਿਓ, ਮੇਰੀ ਹੈਲਪ ਕਰ ਦਿਓ। ਅਤੇ ਸਾਡੇ ਅੱਜ ਬਾਹਰ ਧੁੱਪ ਵੇਖੋ ਕਿੰਨੀ ਜ਼ਿਆਦਾ, ਇੰਨੀ ਗਰਮੀ ਹੋਈ ਪਈ ਹੈ ਨਾ। ਉਹ ਗੁਰਸ਼ਾਨ ਸਕੂਲੋਂ ਲੈਣ ਗਏ ਸੀ, ਤਾਂ ਫਿਰ ਆਪਾਂ ਧੁੱਪ, ਅਤੇ ਇੱਧਰ ਮੈਂ ਪਾਏ ਆ ਕੱਪੜੇ ਮਸ਼ੀਨ 'ਚ, ਅਤੇ ਮੈਂ ਚੱਲੀ ਸੀ ਸਰਫ ਪਾਉਣ ਮਸ਼ੀਨ 'ਚ, ਅਤੇ ਮੈਂ ਸੋਚਿਆ ਵੀ ਕਿਉਂ ਨਾ ਇੱਕ ਛੋਟੀ ਜਿਹਾ ਵਲੌਗ ਬਣਾਇਆ ਜਾਏ, ਕਿਉਂਕਿ ਨਹੀਂ ਕਹਿਣਾ ਨਹੀਂ ਚਾਹੀਦਾ, ਪਰ ਫਿਰ ਵੀ ਸਾਰੇ ਜਣੇ ਕਮੈਂਟ ਕਰ ਦਿੰਦੇ ਹੋ, ਤੁਸੀਂ ਘਰ ਨਵਾਂ ਲਿਆਇਆ ਪਰ ਫਿਰ ਵੀ ਖਲਾਰਾ ਇੰਨਾ ਆ, ਕਿਉਂ ਆ? ਅਤੇ ਮੈਂ ਅੱਗੇ ਵੀ ਬੜੀ ਵਾਰੀ ਦੱਸਿਆ ਆ ਵੀ ਘਰ ਵਿੱਚ ਜਦੋਂ ਬੱਚਾ ਭਾਵੇਂ ਇੱਕ ਵਾ ਅਤੇ ਭਾਵੇਂ ਦੋ ਆ, ਬੱਚਿਆਂ ਨੇ ਖੇਡਣਾ ਆ, ਸਕੂਲੋਂ ਆਉਣਾ, ਕੱਪੜੇ ਵੀ ਲਾਉਣੇ ਆ। ਹੁਣ ਵੀ ਗੁਰਸ਼ਾਨ ਇਸ ਟਾਈਮ ਆਪਣੀਆਂ ਲੇਗੋ ਜੀ ਲਿਆ ਕੇ ਆਇਆ ਵਾ, ਉਹਦਾ ਡੱਬਾ ਵੀ ਅਜੇ ਲਾਗੇ ਪਿਆ ਵਾ, ਅਤੇ ਉਹਦੇ ਨਾਲ ਖੇਡਦਾ ਪਿਆ, ਉਹਨੂੰ ਬਣਾਉਣ ਡਿਆ ਆ। ਉਹਨੂੰ ਘੱਟੋ ਘੱਟ 5 ਵਜੇ ਤੋਂ 6:30 ਹੋ ਗਿਆ, 1.5 ਘੰਟਾ ਹੋ ਗਿਆ ਉਹਨੂੰ ਖੇਡਦਿਆਂ ਨੂੰ। ਅਤੇ ਹੁਣ ਨਿਆਣੇ ਨੂੰ ਅਸੀਂ ਇੰਨਾ ਨਹੀਂ ਕਹਿ ਸਕਦੇ ਵੀ ਨਾ ਖਲਾਰਾ ਪਾ ਨਾ ਪਾ, ਸਫਾਈ ਹੀ ਅਸੀਂ ਰੱਖਣੀ ਆ, ਤਾਂ ਫਿਰ ਚੰਗਾ ਨਹੀਂ ਲੱਗਦਾ ਨਿਆਣੇ ਨੂੰ ਇੰਨਾ ਰੋਕ ਕੇ। ਤਾਂ ਜੀ ਬਹੁਤ ਅਜੀਬ ਲੱਗਦਾ ਆ ਜਦੋਂ ਵਾਰ ਵਾਰ ਇੱਕੋ ਗੱਲ ਕਹੀ ਜਾਣੀ, ਤੁਸੀਂ ਖਲਾਰਾ ਬੜਾ ਘਰ ਵਿੱਚ ਪਾ ਕੇ ਰੱਖਦੇ ਹੋ, ਸਫਾਈ ਨਹੀਂ ਕਰਦੇ। ਹਰ ਕੋਈ ਸਫਾਈ ਕਰਦਾ ਆ, ਇਹ ਨਹੀਂ ਆ ਵੀ ਕੋਈ ਨਹੀਂ ਕਰਦਾ ਕਰਨਾ ਚਾਹੁੰਦਾ, ਪਰ ਨਿਆਣਿਆਂ ਨੂੰ ਅਸੀਂ ਕਿੰਨਾ ਕੁ ਰੋਕ ਲਾਂਗੇ, ਕਿੰਨਾ ਕੁ ਬੰਨ ਕੇ ਰੱਖ ਲਾਂਗੇ ਵੀ ਹਾਂ ਵੀ ਤੁਸੀਂ ਖਲਾਰਾ ਪਾਉਣਾ ਹੀ ਨਹੀਂ ਆ, ਤੁਸੀਂ ਤਾਂ ਵੱਡੇ ਬੱਚਿਆਂ ਵਾਂਗੂ ਜਿੱਦਾਂ ਅਸੀਂ ਰਹਿੰਦੇ ਘਰ ਵਿੱਚ। ਹੁਣ ਕਿਉਂਕਿ ਗੁਰਸ਼ਾਨ ਸਵੇਰ ਤੋਂ ਸਕੂਲ ਗਿਆ ਸੀ, 4:30-5 ਨੂੰ ਛੁੱਟੀ ਹੋਈ ਆ, ਹੁਣ ਆਣ ਕੇ ਉਹ ਖੇਡਣ ਡਿਆ ਸੀ। ਸਾਰਾ ਦਿਨ ਮੈਂ ਇਕੱਲੀ ਸੀ ਘਰ ਵਿੱਚ, ਸਾਰੀ ਸਾਫ਼ ਸਫਾਈ ਕੀਤੀ ਕੋ, ਤਾਂ ਫਿਰ ਬਿਲਕੁਲ ਜਿਹੜਾ ਘਰ ਵਿੱਚ ਸਾਫ਼ ਸੀ। ਤਾਂ ਹੁਣ ਅਸੀਂ ਓਨਾ ਟਾਈਮ ਵੀ ਜੇ ਬੱਚਿਆਂ ਨੂੰ ਖੇਡਣ ਨੂੰ ਨਾ ਦੇਵਾਂਗੇ, ਉਹਨਾਂ ਨੂੰ ਖਿਡੌਣੇ ਵੀ ਲਿਆ ਕੇ ਦਿੱਤੇ ਆ, ਖੇਡਣਗੇ ਨਹੀਂ ਤਾਂ ਫਿਰ ਉਹ ਕੀ ਕਰਨਗੇ ਬੱਚੇ? ਹੁਣ ਉਹ ਇੰਨੇ ਸਿਆਣੇ ਦਾ ਹੈ ਨਹੀਂ ਆ ਵੀ ਜਿੱਥੇ ਉਹਨਾਂ ਨੂੰ ਅਸੀਂ ਬੰਨ ਕੇ ਬਾਲ ਦਈਏ, ਬਸ ਪੁੱਤ ਵੀ ਖਲਾਰਾ ਤਾਂ ਬਿਲਕੁਲ ਨਹੀਂ ਪਾਉਣਾ, ਤਾਂ ਫਿਰ ਚੰਗਾ ਜਿਹਾ ਨਹੀਂ ਲੱਗਦਾ। ਅਤੇ ਬਾਕੀ ਹੋਮ ਟੂਰ ਜਿਹੜਾ ਵਾ ਅਸੀਂ ਹੋ ਸਕਦਾ ਸ਼ਾਇਦ ਕੱਲ੍ਹ ਨੂੰ ਨਹੀਂ, ਪਰਸੋਂ ਜਿਹੜਾ ਵਾ ਸਾਡੇ ਹੋਮ ਟੂਰ ਜਿਹੜਾ ਵਾ ਹੁਣ ਆਊਗਾ, ਅਤੇ ਕਿਉਂਕਿ ਮੇਰੇ ਨਾਲ ਹੈਲਪ ਕਰਨ ਵਾਲਾ ਵੀ ਚਾਹੀਦਾ ਫਿਰ ਤਰਨਾ ਦੇ, ਵੀ ਮੈਂ ਹੈਲਪ ਕਰੂੰਗਾ ਕਿਉਂਕਿ ਬਾਹਰ ਅੱਖਾਂ ਨਹੀਂ ਖੁੱਲਣੀਆਂ, ਇੰਨੀ ਧੁੱਪ ਹੋਈ ਪਈ ਆ। ਅਤੇ ਇੱਧਰ ਆਪਾਂ ਰੱਖੇ ਆਲੂ ਬੋਇਲ ਕਰਨ ਲਈ, ਤਾਂ ਨਾ ਸਵੇਰੇ ਆਉਂਦੇ ਮੈਂ ਕੰਮ 'ਤੇ ਆਲੂ ਬੋਇਲ ਰੋਟੀ ਖੜਨੀ ਆ, ਤਾਂ ਕਰਕੇ। ਅਤੇ ਬਾਕੀ ਤੁਸੀਂ ਵੇਖ ਹੀ ਸਕਦੇ ਆ ਕਿੰਨਾ ਕੁ ਕਿਤੇ ਖਲਾਰਾ ਹੁੰਦਾ ਆ। ਬਾਕੀ ਉਹਨਾਂ ਦੇ ਕਵਰ ਮਤਲਬ ਕਿ ਲਾ ਕੇ ਜਿਹੜੇ ਵਾਸ਼ ਕੀਤੇ ਸੀ ਉਹਦੇ ਨਾਲ ਮੈਚਿੰਗ ਕਵਰ ਨਹੀਂ ਹੈਗੇ ਸੀ, ਹੁਣ ਕਈ ਕਾਟਨ ਦੀਆਂ ਚਾਦਰਾਂ ਜਿਹਨਾਂ ਨਾਲ ਮੈਚਿੰਗ ਕਵਰ ਨਹੀਂ ਹੁੰਦੇ। ਅਤੇ ਇੱਧਰ ਗੁਰਸ਼ਾਨ ਨੂੰ ਆਪਾਂ ਬੈਠਣ ਲਈ ਲਿਆ ਕੇ ਦਿੱਤੇ ਸੀ ਹਵਾ ਵਾਲਾ ਜਾਂ ਗੱਦਾ ਕਹਿ ਲਓ, ਅਤੇ ਕਿਉਂਕਿ ਉਹਨੂੰ ਹੁਣ ਅੱਗਾ ਛੁੱਟੀਆਂ ਪੈਣੀਆਂ ਹੋਰ 10-15 ਦਿਨਾਂ ਤੱਕ, ਕਿਉਂਕਿ ਸੋਫਿਆਂ ਨੇ ਤਾਂ ਇੰਨਾ ਜ਼ਿਆਦਾ ਭੁੜਕਦਾ ਨਾ, ਫਿਰ ਡਰ ਲੱਗਦਾ ਵੀ ਇੰਨੇ ਮਹਿੰਗੇ ਸੋਫੇ ਲਏ ਆ, ਤਾਂ ਕਰਕੇ ਉਹਨੂੰ ਹੁਣ ਉਹ ਲਿਆ ਕੇ ਦਿੱਤਾ ਆ। ਫਿਲਹਾਲ ਉਹ ਅਜੇ ਡਿਆ ਖੇਡਣ, ਮੈਂ ਠਹਿਰ ਕੇ ਕੱਢ ਕੇ ਦਿੰਦੀ ਉਹਨੂੰ। ਅਤੇ ਬਸ ਇੱਦਾਂ ਆ ਵੀ ਕਿ ਖਿਲਾਰਾ ਤਾਂ ਤੁਹਾਨੂੰ ਪਤਾ ਹੀ ਆ, ਵੱਸ ਦੇ ਘਰਾਂ 'ਚ ਖਿਲਾਰੇ ਪੈਂਦੇ ਆ, ਜਿੱਥੇ ਬੱਚੇ ਨਾ ਹੋਣ ਲੋਕ ਬੱਚਿਆਂ ਨੂੰ ਤਰਸਦੇ ਆ ਵੀ ਸਾਡੇ ਬੱਚਾ ਹੋਵੇ, ਖੇਡੇ, ਖਿਲਾਰਾ ਪਾਵੇ, ਮਾਂ ਪਿਓ ਚੱਕਣ ਖਿਲਾਰਾ, ਬੱਚਿਆਂ ਨੂੰ ਚੀਜ਼ਾਂ ਲਿਆ ਕੇ ਦੇਣ। ਅਤੇ ਖਿਲਾਰਾ ਤਾਂ ਉੱਥੇ ਨਹੀਂ ਪੈਂਦਾ ਜਿੱਥੇ ਬੱਚੇ ਨਹੀਂ ਹੁੰਦੇ, ਉਹਨਾਂ ਨੂੰ ਪੁੱਛ ਕੇ ਵੇਖਣ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਕਿੰਨਾ ਤਰਸਦੇ ਆ ਵੀ ਕਾਸ਼ ਸਾਡੇ ਬੱਚੇ ਹੋਣ, ਅਤੇ ਘਰ ਵਿੱਚ ਖਿਲਾਰਾ ਪਵੇ, ਨਿਆਣੇ ਖੇਡਦੇ ਚੰਗੇ ਲੱਗਦੇ ਆ। ਹੁਣ ਗੁਰਸ਼ਾਨ 2 ਹਫ਼ਤੇ ਪਹਿਲਾਂ ਇੰਨਾ ਬਿਮਾਰ ਸੀ ਨਾ ਵੀ ਪਿਛਲੇ ਮਹੀਨੇ ਅਪ੍ਰੈਲ ਵਿੱਚ ਇੰਨਾ ਜ਼ਿਆਦਾ ਬਿਮਾਰ ਸੀ ਵੀ ਆਪਣੇ ਆਪ ਨੂੰ ਦੁੱਖ ਹੁੰਦਾ ਸੀ ਵੀ ਕਾਸ਼ ਇਹ ਠੀਕ ਹੋਵੇ, ਆਪਾਂ ਬਿਮਾਰ ਹੋ ਜਾਈਏ, ਕਿਉਂਕਿ 2 ਹਫ਼ਤੇ ਬਿਲਕੁਲ ਨਹੀਂ ਸੀ ਉੱਠਿਆ ਗੁਰਸ਼ਾਨ। ਹੁਣ ਤਾਂ ਚਲੋ ਠੀਕ ਆ, ਉੱਠ ਖੇਡਦਾ ਆ, ਸਕੂਲ ਜਾਂਦਾ ਆ, ਨਹੀਂ ਤਾਂ ਇੰਨਾ ਜ਼ਿਆਦਾ ਦੁੱਖ ਹੁੰਦਾ ਸੀ ਆਪਣੇ ਆਪ ਨੂੰ ਵੀ ਗੁਰਸ਼ਾਨ ਬਿਮਾਰ ਹੋ ਗਿਆ ਵਾ ਮੰਜੇ 'ਤੇ, ਐਨ ਬੇਹੋਸ਼ਾਂ ਵਾਂਗੂ ਪਿਆ ਰਹਿੰਦਾ, ਨਹੀਂ ਤਾਂ ਇਹ ਦਿਨ ਦੇ ਵਿੱਚ ਕਦੀ ਵੀ ਸੌਂਦਾ ਨਹੀਂ ਹੁੰਦਾ ਸੀ, ਅਤੇ ਇੰਨੇ ਜਿਹੜਾ ਵਾ ਦਿਨੇ ਵੀ ਸੁੱਤੇ ਹੀ ਰਹਿਣਾ, ਬੁਖਾਰ ਇੰਨੇ ਦੇ ਵਿੱਚ ਪਤਾ ਨਹੀਂ ਲੱਗਦਾ। ਅਤੇ ਇਸ ਕਰਕੇ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਤਾਂ ਕਹਿੰਦੇ ਹਾਂ ਸਾਡੇ ਘਰ ਖਿਲਾਰਾ ਪਵੇ, ਨਿਆਣੇ ਖੇਡਦੇ ਚੰਗੇ ਲੱਗਦੇ ਆ, ਹੁਣ ਜਦੋਂ ਮੰਜੇ 'ਤੇ ਵਿਚਾਰਾ ਪੈ ਗਿਆ ਸੀ 2 ਹਫ਼ਤੇ ਬੁਖਾਰ ਦੇ ਨਾਲ, ਖੰਘ ਜੁਕਾਮਣਾ, ਫਿਰ ਸਾਨੂੰ ਪਤਾ ਵੀ ਅਸੀਂ ਇਹਨੂੰ ਕਿੱਦਾਂ ਠੀਕ ਕੀਤਾ। ਅਤੇ
ਮਸਾਂ ਹੀ ਖੇਡਣ ਲੱਗਾ ਸੀ ਤਾਂ ਵਧੀਆ ਲੱਗਾ। ਤੇ ਗੁਰਸ਼ਾਨ ਨੇ ਨਾ ਬਹੁਤ ਸੋਹਣੀ ਗੱਡੀ ਬਣਾਉਣ ਡਿਆ ਆ, ਉਹਦੇ ਵਿੱਚ ਛੋਟਾ ਜਿਹਾ ਬੰਦਾ ਵੀ ਭਾਲਿਆ ਵਾ, ਫਿਰ ਮੈਂ ਤੁਹਾਨੂੰ ਦਿਖਾਲਦੀ ਆ ਕਿੰਨਾ ਸੋਹਣਾ ਬਣਾਉਣ ਡਿਆ ਆ। ਕਿਹੜਾ ਭਾਈ ਸ਼ਾਨੀ ਦੱਸੋ? ਫਾਇਰ ਟਰੱਕ ਵਾਲਾ। ਇੱਧਰ ਲਾਗੇ ਕਰੋ ਨਾ ਮੰਮਾ ਦੇ ਲਾਗੇ ਕਰੋ ਤੁਸੀਂ। ਹੈ ਕਿਹਦੇ ਵਾਲਾ? ਉਹ ਕੀ ਹੁੰਦੇ ਆ? ਅੱਛਾ ਫਾਇਰ ਟਰੱਕ ਹੁੰਦੇ ਆ। ਤੇ ਇੱਧਰ ਗੁਰਸ਼ਾਨ ਨੇ ਉਹ ਇੰਨੀ ਕੁ ਗੱਡੀ ਬਣਾ ਲਈ ਆਪੇ ਹੀ, ਤੇ ਤਨ ਉਹਨਾਂ ਨੂੰ ਕੋਈ ਕੰਮ ਹੀ ਉੱਧਰ ਚੱਲ ਗਏ। ਗੁਰਸ਼ਾਨ ਕਿੰਨਾ ਕੁ ਰਹਿ ਗਿਆ ਪੁੱਤ? ਹੈਂ ਤੇ ਇੰਨਾ ਕੁ ਇਹਨੇ ਖਲਾਰਾ ਪਾ ਕੇ ਬੈਠਾ। ਨਿੱਕੇ ਨਿੱਕੇ ਆ, ਜਿੱਦਾਂ ਉਹ ਨਹੀਂ ਹੁੰਦੇ ਵੀ ਲੈਗੋ ਹੁੰਦੀਆਂ ਛੋਟੀਆਂ ਛੋਟੀਆਂ ਆ, ਮਸਾਂ ਹੀ ਹੱਥ ਚ ਆਉਂਦੀਆਂ ਵਾ। ਤੇ ਉਹ ਡਿਆ ਆ ਬਣਾਉਂਦਾ ਪਿਆ ਆ ਹੁਣ ਗੁਰਸ਼ਾਨ। ਤੇ ਚਲੋ ਜੀ ਠੀਕ ਆ ਫਿਰ, ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਾਏ ਬਾਏ।